जिन्ना कबड्डी का साढ़े को टैलेंट आ या नर्सरी है या प्लेयर आ पाकिस्तान के किसी भी इलाके च नहीं है और ये साढ़े वास्ते फखर की गल आ। सब ने काफी तारीफ कर दी थी अज गिलानी साहब की तरफ बोली ना जाने और कोई शक नहीं कि हर जगह हर असं भुल जाने बिल्कुल इन्होंने अच्छी गल की सिंह साहब ने कि असं भुल जाने बस कस कबड्डी साढ़े को रिलैक्ट हो गई है तो इन्हों पोस्टा भी याद करवाइया कि नहीं है टूरनामेंट भी चल रहा भी चल रहा पर उठे रमान है साढ़े फैसलाबाद से कबड्डी के अल्लाह तला इन्होंने कायम दाम रखे तो बड़ी अच्छी सोच है कि यंग ब्लड रूल बनाना चाहिए और ਉਦਾਂ ਮਿਲਿਆ ਜਨਾਬ ਨੂੰ ਜਨਾਬ ਦੀਆਂ ਵੀ ਬੜੀਆਂ ਮਿਹਨਤਾਂ ਫਜ਼ਲੇ ਹੱਕ ਦੀਆਂ ਯੰਗ ਬਲਾਡਾ ਬੱਚਾ ਸਾਡਾ ਇਨਸ਼ਾਅੱਲਾ ਇਹ ਬੜੀਆਂ ਉਮੀਦਾਂ ਮੈਨੂੰ ਤਾਂ ਵਾਬਸਤਾ ਹੋ ਗਈਆਂ ਕਿ ਇਨਸ਼ਾਅੱਲਾ ਸਾਡੀ ਮਜ਼ੀਦ ਕਬੱਡੀ ਪ੍ਰਮੋਟ ਹੋਏਗੀ ਅਤੇ ਬਾਕੀ ਜਿਹੜੇ ਨਏ ਅਹੁਦਾਦਾਰਾਂ ਨੇ ਉਹਨਾਂ ਨੂੰ ਮੇਰੇ ਵੱਲੋਂ ਦਿੱਲੀ ਮੁਬਾਰਕਬਾਦ ਔਰ ਅੱਲਾਹ ਤਾਲਾ ਤੋਂ ਦੁਆ ਕਿ ਅੱਲਾਹ ਤਾਲਾ ਉਹਨਾਂ ਨੂੰ ਤੌਫੀਕ ਦੇਵੇ ਕਿ ਉਹ ਇਸ ਖੇਲ ਵਾਸਤੇ ਆਪਣੀਆਂ ਮਿਹਨਤਾਂ ਜਿਹੜੀਆਂ ਕਰਨ ਔਰ ਇਮਾਨਦਾਰੀ ਨਾਲ ਇਸ ਖੇਲ ਨੂੰ ਲੈ ਕੇ ਚੱਲਣ। ਬਾਕੀ ਜਿੱਥੋਂ ਤੱਕ ਡਿਸਟ੍ਰਿਕਟ ਸਪੋਰਟਸ ਡਿਪਾਰਟਮੈਂਟ ਦਾ ਤਲਕ ਹੈ ਜਿੱਥੋਂ ਤੱਕ ਵੀ ਹੋ ਸਕਿਆ ਇਨਸ਼ਾਅੱਲਾ ਮੈਂ ਭਾਈਆਂ ਨਾਲ ਆਪਣੇ ਨਾਲ ਵਾਅਦਾ ਕਰਦੀ ਜੋ ਵੀ ਮੈਂ ਕਰ ਸਕੀ ਮੈਂ ਤੁਹਾਡੇ ਨਾਲ ਚੌਧਰੀ ਬਲਾਲ ਗੁਦੇਸ਼ਾ ਸਾਹਿਬ ਗੁਦੇਸ਼ਾ ਕਬੱਡੀ ਕਲੱਬ ਦੇ ਬਜ਼ੁਰਗ ਨੇ ਔਰ ਹਮੇਸ਼ਾ ਸਾਡੇ ਕਬੱਡੀ ਦੇ ਟੂਰਨਾਮੈਂਟਸ ਵਿੱਚ ਛਾਤਰਾਂ ਦੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਮਾਜੀ ਮਾਮਲਾ ਵੀ ਕਰਦੇ ਔਰ ਪੂਰਾ ਸਾਥ ਦਿੰਦੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਕੋਈ ਆਪਣੇ ਸ਼ਹਿਰ ਦਾ ਦਾਨ ਸਮਾਨ ਕਰ ਦਿਓ।